ਚੰਗੀ ਜਿਹੜਾ ਫ੍ਰੀ ਦਾ ਬਹਿ ਕੇ ਖਾਂਦਾ ਉਹ ਚੰਗਾ ਵਾ ਤੇ ਮੈਂ ਹੀ ਆ ਮੈਂ ਆਪਣੀ ਫੈਮਿਲੀ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਚੁੱਕਾ ਵਾਂ। ਮੈਂ ਵੀ ਤੁਹਾਡੇ ਤੋਂ ਬਹੁਤ ਪਰੇਸ਼ਾਨ ਹੋ ਚੁੱਕਾ ਵਾਂ। ਮੈਂ ਵੀ ਤੁਹਾਡੇ ਤੋਂ ਬਹੁਤ ਪਰੇਸ਼ਾਨ ਹੋ ਚੁੱਕਾ ਵਾਂ। ਰੋਟੀ ਦੇਖ ਲੋ ਦੇਖ ਲੋ ਦੇਖ ਲੋ ਤਿੰਨ ਸਬਜ਼ੀਆਂ ਲੈ ਕੇ ਤੇ ਲੈ ਕੇ ਹੁਣ ਆਉਂਦਾ ਸਬਜ਼ੀਆਂ ਸਬਜ਼ੀਆਂ ਦੇ ਪੈਸੇ ਕੌਣ ਦਿੰਦਾ ਵਾ? ਤੁਸੀਂ ਮੈਨੂੰ ਪਾਲ ਲੈ ਵਾ। ਗੱਲ ਕੁਛ ਨੀ ਹੈਗੀ, ਮੈਂ ਕੁਛ ਵੀ ਕਰਾਂ ਉਹ ਕਿਤੇ ਨੀ ਗਣਾਉਣਾ ਗਾਇਸ, ਕਿਤੇ ਵੀ ਨੀ ਗਣਾਉਣਾ। ਮੈਂ ਸਵੇਰ ਦਾ ਨਿਕਲਿਆ ਪਹਿਲਾਂ ਗੁੜੀਆ ਵਾਲਾ ਵਲੋਗ ਤੇ ਦੇਖਿਆ ਨਾ ਸਵੇਰ, ਠੀਕ ਹੈ, 7-8 ਵਜੇ ਉੱਠਿਆ ਉਹਨੂੰ ਲੈ ਗਿਆ। ਉਹ ਚੀਜ਼ ਦਾ ਵੀ ਮੈਂ ਦੱਸਦਾ ਟੈਕ ਹੀ ਲੱਗਦਾ। ਫਿਰ ਉਸ ਤੋਂ ਬਾਅਦ ਆ ਕੇ ਮੈਂ ਸੁੱਤਾ 2 ਘੰਟੇ, 2 ਘੰਟੇ ਬਾਅਦ ਮੈਂ ਗਿਆ ਮੈਂ ਬੈਂਕ ਦਾ ਕੋਈ ਕੰਮ ਸੀਗਾ ਜ਼ਰੂਰੀ। ਫਿਰ ਉਸ ਤੋਂ ਬਾਅਦ ਇੱਕ ਜਗ੍ਹਾ ਮੈਂ ਹੋਰ ਜਾਣਾ ਸੀਗਾ, ਚਲੋ ਉਧਰੋਂ ਮੈਨੂੰ ਕਾਲ ਆ ਗਈ ਕਿ ਤੁਸੀਂ ਭਾਜੀ ਕੱਲ ਨੂੰ ਆਈਓ, ਅੱਜ ਆਪਾਂ ਬਿਜ਼ੀ ਹੈਗੇ ਆ। ਉਹਨੂੰ ਮੈਂ ਕਿਹਾ ਨਾਲ ਚੱਲੀ ਮੇਰੇ, ਉਹ ਨਾ ਹੁਣ ਮੈਂ ਕਹਿੰਦਾ ਮੈਂ ਜਲਦੀ ਚੱਲਦੀ ਸੀ, ਗਰਮੀ ਬਹੁਤ ਜ਼ਿਆਦਾ ਸੀਗੀ। ਜਾਂ ਫਿਰ ਇਹ ਤਾਂ ਗੱਡੀ ਦੇ ਵਿੱਚ ਕੌਣ ਕਹਿ ਨਾਨੀ ਮੰਮਾ ਨਾ ਕੰਮ ਗਿਆ ਹੈਗਾ ਕਿਤੇ ਗੱਡੀ ਦੇ ਵਿੱਚ ਮੰਮੀ ਸਾਨ ਨਹੀਂ ਕਰਦਾ ਪਿਆ ਸਾਨ ਕਰਦਾ ਪਿਆ ਇੱਕ ਮਿੰਟ ਨਾਨੀ ਮੰਮਾ ਨਾ ਕੰਮ ਗਿਆ ਹੈ ਤੇ ਨਾਨੀ ਮੰਮਾ ਕਹਿੰਦੇ ਉੱਥੇ ਜਾ ਕੇ ਇਹਨੂੰ ਪਾਰਕ ਚ ਬਿਠਾ ਕੇ ਤੇ ਆਖਣ ਦੇ ਕਿ ਬੈ ਇੰਜੋਏ ਕਰ, ਉਹ ਵੀ ਤਾਂ ਵਿਚਾਰਾ ਕੰਮ ਕਰਦਾ ਹੈ। ਗੱਲ ਹੀ ਨਹੀਂ ਗੱਲ ਹੀ ਘਰ ਦੇ ਕੰਮ ਸਾਰੇ ਕਰਦਾ ਬੈਠ ਸੀ ਕੇ ਫਿਰ ਦੀਆ ਵੀ ਮੈਨੂੰ ਬੋਲਦੇ ਕਾ ਤੂੰ ਵੀ ਉਹ ਗੱਲ ਪਤਾ ਕੀ ਮੈਂ ਸਲੋ ਬੋਲ ਹੌਲੀ ਬੋਲ ਮੈਂ ਹੌਲੀ ਬੋਲਦਾ ਮੇਰੇ ਅੱਗੇ ਨਾ ਤੇਜ਼ ਵਾਚ ਗੱਲ ਨਾ ਕਰਿਆ ਮੰਮੀ ਪਲੀਜ਼ ਮੈਂ ਆਪਣੀ ਗੱਲ ਕਰਦਾ ਪਿਆ ਉਹ ਐ ਹੱਥ ਲੱਗ ਗਿਆ ਹੱਥ ਲੱਗ ਕਰ ਰਹੇ ਪਿੱਛੇ ਰੋ ਆਪਣਾ ਆਹੋ ਤੇਜ਼ ਵਾਚ ਗੱਲ ਨਾ ਮੈਂ ਤੇਜ਼ ਵਾਚ ਕੀ ਗੱਲ ਕਰਦਾ ਵੇ ਭਰਾਵਾ ਬਸ ਕੁੱਟ ਕੁੱਟ ਕੇ ਸੱਚੇ ਬਣ ਜਾਣਾ ਵਾ ਬਾਅਦ ਚ ਕਹਿੰਦੇ ਮੈਂ ਮੰਮੀ ਹੈਗੀ ਆ। ਗੱਲ ਇਹ ਹੈ ਮੈਂ ਉਹਨੂੰ ਮੇਰੇ ਨੀ ਮਾਰਾਂਗਾ ਕਿ ਤੂੰ ਕੰਮ ਨਹੀਂ ਕਰਦਾ ਤੂੰ ਬੇਕਾਰ ਮਾਰਾਂ ਮੈਂ ਤੈਨੂੰ ਸਾਂਭਿਆ ਲੱਡੂ 2 ਮਿੰਟ 2 ਮਿੰਟ ਤੱਕ ਮੈਂ ਤੈਨੂੰ ਸਾਂਭਿਆ ਨਹੀਂ ਮੰਮੀ ਹੱਥ ਸਾਂਭਿਆ ਨਹੀਂ ਮੈਂ ਤੈਨੂੰ ਸਾਂਭਿਆ ਨਹੀਂ ਹੈ ਇਹ ਨਾਨੀ ਇਹ ਬੋਲਦਾ ਫੋਨ ਤੇ ਲੱਗੇ ਦੇ ਹੋ ਮੈਂ ਤੈਨੂੰ ਸਾਂਭਿਆ ਨਹੀਂ ਮੰਮੀ ਮੇਰੀ ਗੱਲ ਸੁਣੋ ਪਹਿਲਾਂ ਮੈਂ ਇਦਾਂ ਨਹੀਂ ਕਿਹਾ ਹਾਂ ਬੋਲੇ 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 ਇਹਦੇ ਕਰਕੇ ਸਾਰੀ ਫਸਾਦ ਦੀ ਜਾ ਰਹੀ ਹੈ ਇਹਦੇ ਕਰਕੇ ਲੜਾਈ ਹੋਈ ਹੈ ਸਾਰੀ ਸਾਰੀ ਲੜਾਈ ਇਹਦੇ ਕਰਕੇ ਹੋਈ ਹੈ ਮੰਮੀ ਉਹਨੇ ਕੀਤੀ ਸਾਰੀ ਗੱਲ ਤਾਂ ਕਰਕੇ ਤੁਸੀਂ ਮੇਰੇ ਨਾਲ ਲੜਦੇ ਪਏ ਹੋ ਸੋਨਾ ਨੇ ਕਿਹਾ ਅੰਸ਼ੂ ਨੂੰ ਇਹ ਆਪਣੇ ਮੂਡ ਦੇ ਹਿਸਾਬ ਨਾਲ ਚੱਲਦੇ ਆ ਬਸ ਕਰ ਬਸ ਕਰ ਮੈਂ ਸੁਣਿਆ ਵਾ ਉਸ ਤੋਂ ਬਾਅਦ ਇਹਨੇ ਅੱਗੋ ਦੀ ਪਤਾ ਕੀ ਕਿਹਾ ਕਹਿੰਦਾ 2 ਕੰਮ ਕਰ ਲੈਂਦੇ ਆ ਤੇ ਖਿਜੇ ਖਿਜੇ ਰਹਿੰਦੇ ਆ ਫਿਰ ਮੈਂ ਕਿਹਾ ਭਰਾਵਾ ਤੂੰ ਬਹਿ ਜਾ ਤੇ ਗਰਮੀ ਦੇ ਵਿੱਚ ਮੈਂ ਇਕੱਲਾ ਚੱਲ ਬੁਲਟ ਲੈ ਗਿਆ ਇਹਦੇ ਵਿੱਚ ਮੈਂ ਗਲਤ ਕੀ ਬੋਲਿਆ ਠੀਕ ਹੈ ਇਹਦੇ ਵਿੱਚ ਮੈਂ ਗਲਤ ਕੀ ਬੋਲਿਆ ਵਾ ਨਿਆਣੇ ਦੇ ਡਾਇਪਰ ਲਿਆਂਦੇ ਆ ਨਾ ਮਾਰਿਆ ਕਿ ਮੈਂ ਨਿਆਣੇ ਦਾ ਡਾਇਪਰ ਲੈ ਕੇ ਆਇਆ ਉਹ ਵੀ ਮੈਂ ਹਾਸਾ ਕਿਹਦੀ ਗੱਲ ਦਾ ਆਂਦੇ ਆ ਕਿਉਂਕਿ ਮੇਰਾ ਮਨ ਤੂੰ ਪਾਲਣਾ ਨਾ ਤੂੰ ਵੀ ਇੱਦਾਂ ਹੀ ਰਹਿਣਾ ਹਾਂ ਠੀਕ ਹੈ ਮੈਨੂੰ ਇੱਕ ਗੱਲ ਨਹੀਂ ਸਮਝ ਆਂਦੀ ਮੈਂ ਸਾਰਾ ਕੰਮ ਕੀਤਾ ਨਾ ਠੀਕ ਹੈ ਨਾਨੀ ਮੰਮਾ ਤੁਸੀਂ ਵੀ ਬਸ ਕਰੋ ਮੈਂ ਜਿਹੜਾ ਵੀ ਕੰਮ ਕਰਾਂ ਉਹ ਤੁਸੀਂ ਕਹਿੰਦਾ ਵੀ ਤੂੰ ਵੱਡਾ ਹੈਗਾ ਵਾ ਤੇਰੀ ਜ਼ਿੰਮੇਵਾਰੀ ਹੈ ਵੱਡਿਆਂ ਜ਼ਿੰਮੇਵਾਰੀ ਹੁੰਦੀ ਹੈ ਨਾ ਤੇ ਮੈਂ ਆਪਣੀ ਜ਼ਿੰਮੇਵਾਰੀ ਜੇ ਕਰਨ ਤੋਂ ਬਾਅਦ ਵੀ ਮੈਨੂੰ ਜੁੱਤੀਆਂ ਪੈਂਦੀ ਮੈਂ ਤਾਂ ਬੋਲਾਂਗਾ ਹੀ ਵਲੋਗ ਬਣਾਉਣਾ ਸੀ ਕੀ ਬਣਾਉਣਾ ਨੀ ਵਲੋਗ ਬਸ ਠੀਕ ਹੈ ਐਟ ਦਾ ਤੁਸੀਂ ਫਿਰ ਉਹਨੂੰ ਸੇਵ ਯੀਅਰ ਬਣਾਉਂਦੇ ਪਏ ਉਹਨੂੰ ਤਾਂ ਸੇਵ ਹੀ ਕਰ ਲਿਆ ਤੁਸੀਂ।
ਮੈਨੂੰ ਇਹ ਗੱਲ ਸੱਚੀ ਸਮਝ ਆਉਂਦੀ। ਮੈਂ ਜਿੰਨੀ ਵਾਰੀ ਵੀ ਕੋਈ ਵੀ ਕੰਮ ਕਰਾਂ ਨਾ, ਮੇਰਾ ਉਹ ਕੰਮ ਕਦੇ ਵੀ ਉਹ ਨਹੀਂ ਹੋਣਾ ਕਿ ਅੰਕੁ ਨੇ ਕੰਮ ਕੀਤਾ। ਅੰਕੁ ਨੂੰ ਗਾਲਾਂ ਪੈਣੀ ਤੂੰ ਵੱਡਾ ਵਾ ਜਾਂ ਫਿਰ ਗੱਲ ਕਵਰ ਹੋਈ ਨੀ, ਕਿਉਂ ਮੇਰੇ ਨਾਲ ਹੀ ਕਿਉਂ? ਹਾਂਜੀ ਮੇਣਾ ਨੀ, ਆ ਦੇਖਿਆ ਫਿਰ ਮੇਣਾ ਮਤਲਬ ਗੱਲ ਨੂੰ ਆਪਾਂ ਦੋ ਤਰੀਕੇ ਨਾਲ ਬੋਲ ਸਕਦੇ ਹਾਂ। ਮੇਣਾ ਤੇ ਕੰਮ ਕੀਤਾ ਪੁੱਤਰ, ਨਾ ਆਪਾਂ ਕੰਮ ਕੀਤਾ ਤਾਂ ਕਹਿਣਾ ਹੀ ਨੀ, ਮੇਣਾ ਕਹਿਣਾ ਵਾ। ਇਹ ਇਹ ਮੰਮੀ ਵੱਜ ਗਿਆ ਨਾ, ਫਿਰ ਦੇਖ ਲਈਓ ਤੇ ਮੈਂ ਤੁਹਾਨੂੰ ਬੋਲਦਾ ਨੀ ਪਿਆ ਕੁਛ, ਮੈਂ ਲੋਕਾਂ ਨੂੰ ਵੀ ਤਾਂ ਸੱਚ ਦੱਸਾਂ, ਸਭ ਨੂੰ ਪਤਾ ਵਾ। ਕੋਈ ਗੱਲ ਨੀ ਕੋਈ ਗੱਲ ਨੀ, ਕਰ ਲੈਂਦਾ ਕਮੈਂਟ, ਪਤਾ ਲੱਗੂਗਾ। ਮੈਂ ਤਾਂ ਸੱਚ ਹੀ ਬੋਲਿਆ ਵਾ, ਮੈਂ ਝੂਠ ਸਭ ਨਾਲ ਬੋਲਿਆ ਵਾ। ਮੈਂ ਤੁਹਾਨੂੰ ਦੇਖਿਆ ਐਟ ਦਿਨ ਟਾਰਗੇਟ ਕੌਣ ਹੁੰਦਾ ਪਿਆ ਗਾਇਜ਼, ਐਟ ਦਿਨ ਟਾਰਗੇਟ ਕੌਣ ਹੁੰਦਾ ਪਿਆ? ਮੈਂ ਹੁੰਦਾ ਪੈਣਾ ਇੱਧਰ ਆ, ਕੌਣ ਹੁੰਦਾ ਪਿਆ? ਇਹ ਨਾਨੀ ਮੰਮਾ ਨਾਲ ਦੋ ਤਿੰਨ ਘੰਟੇ ਤੋਂ ਗਿਆ ਹੋਇਆ ਸੀਗਾ ਏਸੀ ਦੇ ਵਿੱਚ, ਗੱਡੀ ਦੇ ਵਿੱਚ ਸੀਗਾ। ਮਾਂ ਦੀ ਸੌਂਹ ਖਾ ਕੇ ਆਈ, ਮੈਂ ਤੁਹਾਨੂੰ ਵੀਡੀਓ ਕਾਲ ਕੀਤੀ ਸੀ। ਕੀ ਕੀ ਹੋਇਆ ਵੀਡੀਓ ਆਪਣੀ ਗੱਲ? ਮੈਂ ਵੀਡੀਓ ਕਾਲ ਕੀਤੀ ਮੰਮੀ, ਸੀਨੇ ਨਾ ਭਰੇ ਲਾਈਟ। ਮੈਂ ਕਿਹਾ ਮੰਮੀ ਕਹਿੰਦਾ ਅੰਦਰ ਜਿੱਥੇ ਮੰਮੀ ਗਏ ਦੇ ਕੰਮ ਤੇ ਲਾਈਟ ਚੱਲਦੀ ਸੀ, ਪਰ ਸੀਨੇ ਨੂੰ ਆ ਕੇ ਮੈਂ ਕਿਹਾ ਤੂੰ ਗੱਡੀ ਸਟਾਰਟ ਕਰਕੇ ਬੈ, ਏਸੀ ਲਾ। ਕਹਿੰਦਾ ਮੰਮੀ ਫਿਰ ਤੇਲ ਪਾ। ਮੈਂ ਕਿਹਾ ਕੋਈ ਗੱਲ ਨਹੀਂ, ਪੈ ਪਾ ਦਿੰਦੇ ਤੇਲ ਪਾਉਣੀ ਹੈ ਏਸੀ 'ਚ, ਬੈ ਪਸੀਨਾ ਪਸੀਨਾ ਹੋਇਆ ਸੋ ਲੱਗੇ। ਉਸ ਤੋਂ ਬਾਅਦ ਮੈਂ ਫਿਰ ਗੱਡੀ ਬੰਦ ਕਰਤੀ, ਮੈਂ ਕਿਹਾ ਤੇਲ ਘੱਟ ਆ, ਖਤਮ ਹੋਈ ਗੱਡੀ, ਤੇ ਉਹ ਕਹਿੰਦੇ ਏਸੀ 'ਚ 3 ਘੰਟੇ ਬਹਿ ਕੇ ਆਇਆ ਸੀ ਉੱਥੇ। ਆਹੋ ਤੇ ਏਸੀ 'ਚ ਗੱਡੀ 'ਚ ਤਾਂ ਗਿਆ ਨਾ, ਧੁੱਪ 'ਚ ਤਾਂ ਨਹੀਂ ਨਾ ਖਲੋਤਾ? ਦੇਖੋ ਰੋ ਕੇ ਸੱਚੇ ਬਣਨ ਲੱਗੇ ਹਾਂ, ਬਸ ਠੀਕ ਹੈ। ਬਸ ਇੱਕੋ ਗੱਲ ਫੜੀ ਸੀ, ਮੈਂ ਮੇਹਣਾ ਥੋੜਾ ਮਾਰਿਆ ਹੋ ਗਿਆ, ਮੈਂ ਦੱਸਿਆ ਵਾ ਹੈਂ ਆ ਠੀਕ ਆ। ਉਹਦਾ ਡਾਈਪਰ ਹੁੰਦੇ ਸੀਗੇ? ਕਿਉਂਕਿ ਰਾਤੀ 3 ਵਲੋਗ ਐਡਿਟ ਕਰਕੇ ਸੁੱਤਾ ਵਾ, ਮੰਮੀ ਦਾ ਵੀ ਐਦੇ 2 ਵਲੋਗ। ਮੈਂ 2 ਵਲੋਗ ਐਡਿਟ ਕੀਤੇ ਤੁਸੀਂ? ਇੱਕ ਇਹ ਵਾਲਾ, ਇੱਕ ਉਸ ਤੋਂ ਪਹਿਲਾਂ ਜਿਹੜਾ ਕੀਤਾ ਵਾ। ਕਾਲੀ ਕਮੀਜ਼ ਨਾ ਪਾਏਗਾ, ਕਾਲੀ ਹੁਣ ਫਿਰ ਕਾਲਾ ਪਾਇਆ ਵਾ, ਉਹਨੂੰ ਤਾਂ ਨੀ ਕੁਛ ਕਹਿੰਦੇ ਵੀ ਤੁਸੀਂ? ਇੱਥੋਂ ਜੀ ਪਤਾ ਲੱਗਦਾ ਵਾ ਮੰਮੀ, ਇੱਥੋਂ ਪਤਾ ਲੱਗਦਾ ਵਾ ਸਾਫ, ਕਿਉਂਕਿ ਤੁਸੀਂ ਪਾਰਸ਼ੈਲਿਟੀ ਕਰਦੇ ਹੋ। ਠੀਕ ਆ, ਹੁਣ ਕੰਮ ਕੱਲ ਤੇ ਪੈ ਗਿਆ। ਜਾਦੂ ਇੱਥੇ ਹੈ, ਸੋਨਾ ਉਧਰ ਹੈ, ਮੈਂ ਇਹਨਾਂ ਨੇ ਤਾਂ ਦੋਵਾਂ ਨੇ ਕੁਛ ਵੀ ਨੀ ਕਰਨਾ, ਪੂਰਾ ਮੈਂ ਇੱਥੇ ਵਿਹਲਾ ਬੈਠੇ ਰਹਿਣਾ ਤਾਂ। ਕਰਦਾ ਤੇ ਮੈਂ ਇਕੱਲਾ ਹੀ ਕਰਦਾ ਪਿਆ ਘਰ ਦੇ ਵਿੱਚ। ਹਾਂ ਬਾਈ ਤੂੰ ਹੀ ਕਰਨ ਡਿਆ ਬਸ, ਆਹੋ ਬਕਵਾਸ ਕਰਦਾ ਰਾਮ ਨੂੰ ਬੋਤਲ ਵੱਜ ਗਈ ਫਿਰ ਦੇ ਵੀ, ਮੈਂ ਵੀ ਤੁਹਾਨੂੰ ਬੁਲਾਉਂਦਾ ਨਹੀਂ ਪਿਆ। ਮੇਰੀ ਔਕਾਤ ਨੀ ਹੈਗੀ, ਉਹਦੀ ਕੀ ਔਕਾਤ? ਉਹ ਕੀ ਕਰ ਸਕਦਾ ਜਿਹੜਾ ਤੁਸੀਂ ਫਰੀ ਦਾ ਰੱਖਿਆ ਕਰੇ? ਕੰਮ ਕਰਦਾ, ਬਸ ਕੰਮ ਕਰਦਾ। ਜਿੰਨਾ ਬੰਦਾ ਨਿੱਕੇ ਹੁੰਦੇ ਕਮਾਈ ਕਰੇਗਾ ਉਹਦਾ ਫਿਊਚਰ ਉਨਾ ਬ੍ਰਾਈਟ ਹੋਏਗਾ। ਇਹਦੇ ਵਿੱਚ ਮੈਂ ਕੁਛ ਗਲਤ ਤਾਂ ਕਿਹਾ ਨੀ। ਉਹ ਦੇਖੋ ਟੌਕਸਿਕ ਬੰਦਾ ਫਰੀ ਦੀ ਲੜਾਈਆਂ ਪਵਾਉਂਦਾ ਪਿਆ। ਕੋਈ ਗੱਲ ਨੀ, ਪਰ ਜਦੋਂ ਅਕਲ ਆਈ ਉਦੋਂ ਤਾਂ ਕਮਾਉਂਦਾ ਪਿਆ ਨਾ। ਹਾਂ ਕੋਈ ਗੱਲ, ਦੋ
ਹੋਏ ਤਾਂ ਹੈਗੇ ਨਾ ਤੈਨੂੰ ਕੀ ਆ ਦੋਵਾਂ ਸਾਲਾਂ ਚ ਵੀ ਨਾ ਇੱਕ ਸਾਲ ਇਦਾਂ ਦਾ ਸੀ ਜਿਹੜੀ ਇਹਦੀ ਸ਼ੋਪਿੰਗ ਹੁੰਦੀ ਬਸ ਆਹੋ ਕੀ ਹੋ ਗਿਆ ਇੱਕ ਗੱਲ ਮੇਰੇ ਮੇਰੀ ਗੱਲ ਸੁਣ ਲਓ ਓਏ ਮੇਰੀ ਗੱਲ ਤੂੰ ਕਾਹਦੋਂ ਬੋਲਦਾ ਪਿਆ ਵਿੱਚ ਤੂੰ ਕਾਹਦੋਂ ਬੋਲਦਾ ਪਿਆ ਤੂੰ ਕੀ ਕਮਾਉਂਦਾ ਪਿਆ ਤੂੰ ਕੀ ਕਮਾਉਂਦਾ ਪਿਆ ਓ ਚੱਲ ਚੱਲ ਹਾਂਜੀ ਸਾਈਡ ਲੈਣ ਆ ਗਏ ਹਾਂਜੀ 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 ਆਹੋ ਅੱਛਾ ਮਤਲਬ ਐਜ਼ ਐਜ਼ ਆ ਉਹਨੂੰ ਤੁਸੀਂ ਉਹ ਰੱਖਿਆ ਹੋਇਆ ਵਾ ਸਰਵੈਂਟ ਮੰਮੀ ਏਦਾਂ ਦੀ ਬਕਵਾਸ ਨੀ ਕਾਹਦੀ ਗੱਲ ਹਾਂ ਮੈਂ ਚੱਲ ਜਾਂਗਾ ਕੋਈ ਗੱਲ ਨੀ ਮੈਂ ਚੱਲ ਜਾਂਗਾ ਬਣਾ ਸਕ ਕੋਈ ਗੱਲ ਨੀ ਕੋਈ ਗੱਲ ਨੀ ਕੋਈ ਗੱਲ ਨੀ ਹਾਂ ਬਣਾ ਲਾਂਗਾ ਮੈਂ ਬਣਾ ਲਾਂਗਾ ਠੀਕ ਹੈ ਨਾ ਮੈਨੂੰ ਨਾ ਬੋਲੋਗੇ ਵੀ ਨਾ ਤੂੰ ਭਰਾਵਾ ਤੂੰ ਕੋਈ ਕੰਮ ਕੁੰਮ ਕਰ ਕਮਾਉਣਾ ਸ਼ੁਰੂ ਕਰ ਫਿਰ ਤੈਨੂੰ ਅਕਲ ਆਏਗੀ ਕਲਾਊਡ ਕਿਚਨ ਹੀ ਖੋਲ ਬੜੀ ਵੱਡੀ ਗੱਲ ਹੋਏਗੀ 100 ਦਿਨ ਕੰਮ ਕਰ ਲੇਗਾ ਬੋਲੋ ਉਹਨੂੰ ਕੋਰਸ ਤਾਂ ਉਹਨੇ ਫ੍ਰੀ ਦਾ ਕੀਤਾ ਹੋਇਆ ਵਾ ਬੋਲਦੇ ਨੀ ਮੈਂ ਕਰਦਾ ਤੇ ਫਿਰ ਛੱਡਤਾ ਦਾ ਕੋਰਸ ਸਬਜ਼ੀ ਬਣਾਉਣੀ ਆਉਂਦੀ ਹੈ ਸਬਜ਼ੀ ਬਣਾਉਣੀ ਆਉਂਦੀ ਹੈ ਸਬਜ਼ੀ ਬਣਾਉਣੀ ਆਉਂਦੀ ਹੈ ਸਬਜ਼ੀ ਬਣਾਉਣੀ ਆਉਂਦੀ ਹੈ ਆਇਆ ਵੱਡਾ ਉਹਨੇ ਕੋਲ ਕਲਾਊਡ ਕਿਚਨ ਖੋਲ ਲੈਣਾ ਹੈਗਾ ਵਾ ਓਪਨ ਚੈਲੰਜ ਕਰਦਾ ਮੈਂ ਓਪਨ ਚੈਲੰਜ ਕੋਚੜੀ ਹੋ ਸਕਦਾ ਕੋਚੜੀ ਹੋ ਸਕਦਾ ਨਿਕੰਮਾ 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 ਬੋਤਲ ਨੀ ਵਜਣੀ ਚਾਹੀਦੀ ਮੈਂ ਦੱਸਦਾ ਵਾ ਸੱਚ ਨੀ ਸੁਣਿਆ ਜਿੱਦਾਂ ਪਿਆ ਦੱਸ ਕਰ ਸਕਦਾ ਕਲਾਊਡ ਕਿਚਨ ਦਾ ਕੰਮ ਕਰ ਸਕਦਾ ਵਾ ਹੈਗੀ ਜ਼ਰੂਰਤ ਮੈਨੂੰ ਕਿਹਾ ਸੀ 100 ਦਿਨ ਵਲੋਗ ਬਣਾਉਣੇ ਸ਼ਰਿਆਂ ਬਾਈ 100 ਵੀ ਪਤਾ ਨੀ ਕਿੰਨੇ ਦਿਨ ਹੋ ਗਏ ਬਣਾਉਣਾ ਪਿਆ ਮੈਂ ਸੋਚ ਇੱਕ ਵਲੋਗ ਦਾ ਜਿਹੜਾ ਇਕੱਲੇ ਦਾ ਵਾਇਰਲ ਹੋਇਆ ਸਾਰੇ ਤਾਂ ਤੇਰੇ ਵਾਇਰਲ ਹੁੰਦੇ ਨਾ ਸਾਰੇ ਤਾਂ ਤੇਰੇ ਵਾਇਰਲ ਹੁੰਦੇ ਨਾ ਖਾਦਾ ਕੀ ਅੱਜ ਆਹੋ ਖਾਦਾ ਕੀ ਅੱਜ ਪਹਿਲਾਂ ਤੂੰ ਦੱਸ ਕਲਾਊਡ ਕਿਚਨ ਬਣਾਉਣ ਦੀ ਹੈਗੀ ਹੈ ਕਲਾਊਡ ਕਿਚਨ ਖੋਲ ਸਕਦਾ ਵਾ ਹੈਗੀ ਜ਼ਰੂਰਤ ਬਸ ਉਹ ਚੀਜ਼ਾਂ ਇਗਨੋਰ ਕਰਨੀ ਮੈਂ ਬੰਨੂ ਦੂਜੇ ਕਮਰੇ ਤੈਨੂੰ ਯਾਦ ਵੀ ਬਣਦੀ ਹੈ ਆਇਆ ਵੱਡਾ ਬਸ ਕਲਾਊਡ ਕਿਚਨ ਵਾਲੀ ਗੱਲ ਨੀ ਤੇ ਗੌਰ ਹੀ ਨੀ ਕਰ ਸਕਦਾ ਕਿਉਂਕਿ ਬਣ ਨੀ ਸਕਦਾ ਕੁਛ ਨਿਕੰਮਾ ਨਿਕੰਮਾ ਆਹੋ ਮੈਨੂੰ ਤਾਂ ਕਹਿਣਾ ਹੀ ਹੁਣ ਮੈਨੂੰ ਤਾਂ ਉਹ ਆਹੋ ਚੰਗੀ ਹੈ ਉਹ ਚੰਗੀ ਹੈ ਉਹ ਚੰਗੀ ਜਿਹੜਾ ਫ੍ਰੀ ਦਾ ਬਹਿ ਕੇ ਖਾਂਦਾ ਉਹ ਚੰਗਾ ਵਾ ਮਾੜਾ ਤੇ ਮੈਂ ਹੀ ਆ ਆਹੋ ਆਹੋ ਚੰਗੀ ਉਹਨੂੰ ਕਲਾਊਡ ਕਿਚਨ ਲੱਗੋ ਬਟਨ ਹੈ ਉਸਪੇ ਫੂਟ ਫੇਂਕ ਕੇ ਮਾਰੋ ਜਾਂ ਫਿਰ ਮੋਮਬੱਤੀ ਮੁਝੇ ਨਹੀਂ ਪਤਾ ਬਸ ਕਲਿਕ ਹੋ ਜਾਣਾ ਚਾਹੀਏ ਅਬ ਮੈਂ ਵੀ ਜਾ ਰਹਾ ਹੂੰ ਮੁਝੇ ਪੈਸੋ ਕੇ ਪੀਛੇ ਭਾਗਨਾ ਹੈ ਬਾਏ।